ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖਿਓ ਦਾ ਪੰਜਾਬ ਲੈ ਕੀ ਐਵੇਂ ਦਾ ਹੀ ਜੀਵਨ ਜੀਣਾ ਜਾਂ ਇੱਕ ਦਿਨ ਉਸ ਪਿਆਰੇ ਦੇ ਪਿਆਰੇ ਹੋ ਜਾਣਾ ਤੇ ਉਸ ਬਿਨ ਰਹਿਾ ਹੀ ਨਾ ਜਾਵੇ ਜਿੱਥੇ ਸਿਰਫ ਉਸ ਦਾ ਹੀ ਰੰਗ ਹੋਵੇ ਕਹਿੰਦੇ ਹਨ ਰੂੜੇ ਤੋਂ ਬੜੀ ਬਦਬੂ ਆਉਂਦੀ ਹੈ ਆਪਾਂ ਸਭ ਹੀ ਕਹਿੰਨੇ ਆ ਨਾ ਜੇ ਉੱਥੇ ਕੋਈ ਫੁੱਲ ਖਿੜ ਜਾਂਦਾ ਹੈ ਤੇ ਉਹ ਖੁਸ਼ਬੂ ਨਾਲ ਭਰ ਜਾਂਦਾ ਹੈ ਉਸ ਦੇ ਅੰਦਰ ਥਾਂ ਹੀ ਨਹੀਂ ਰਹਿੰਦੀ ਬਦਬੂ ਵਾਸਤੇ ਉਰੂੜੀ ਤੇ ਖੜਿਆ ਹੀ ਖੁਸ਼ਬੂ ਨਾਲ ਭਰਿਆ ਰਹਿੰਦਾ ਹੈ ਤੁਸੀਂ ਵੀ ਜਦੋਂ ਗੁਰੂ ਨਾਨਕ ਦੇਵ ਜੀ ਦੇ ਪ੍ਰੇਮ ਨਾਲ ਭਰ ਜਾਓਗੇ ਤੇ ਪ੍ਰੇਮ ਵਿੱਚ ਹੀ ਰੰਗੇ ਰਹੋਗੇ ਉਸ ਦਿਨ ਤੁਹਾਨੂੰ ਇਸ ਸੰਸਾਰ ਦੇ ਔਗਣਾ ਦੀ ਖੁਸ਼ਬੂ ਨਹੀਂ ਆਉਣੀ ਤੁਹਾਨੂੰ ਕਿਸੇ ਦੀ ਬੁਰਾਈ ਦਾ ਪਤਾ ਹੀ ਨਹੀਂ ਲੱਗਣਾ ਨਜ਼ਰ ਹੀ ਨਹੀਂ ਆਉਣੀ ਇਹ ਬੜਾ ਉੱਚਾ ਰੰਗ ਹੈ ਆਓ ਇਸ ਨੂੰ ਪ੍ਰਾਪਤ ਕਰੀਏ ਪ੍ਰਾਪਤ ਕਿਵੇਂ ਕਰਾਂਗੇ ਗੁਰੂ ਦੇ ਲੜ ਲੱਗ ਕੇ ਵਾਹਿਗੁਰੂ ਅਗੇ ਅਰਦਾਸ ਕਰੋ ਵਾਹਿਗੁਰੂ ਜੋ ਦੂਜਿਆਂ ਦੇ ਓਗਣਾ ਦੀ ਪੰਡ ਅਸੀਂ ਚੁੱਕੀ ਫਿਰਦੇ ਆ ਉਹ ਨਾ ਕੋਈ ਢੋਈ ਜਾਈ ਸਾਡੇ ਤੋਂ ਇੱਕ ਵਾਰ ਇੱਕ ਸਾਧੂ ਸੀ ਤੇ ਉਹ ਟ੍ਰੇਨ ਤੇ ਚੜ ਗਿਆ ਉਸ ਸਮੇਂ ਨਵੀਆਂ-ਨਵੀਆਂ ਟ੍ਰੇਨਾਂ ਚੱਲੀਆਂ ਸਨ ਉਸ ਕੋਲ ਕਾਫੀ ਸਾਰਾ ਸਮਾਨ ਸੀ ਉਹਨੇ ਸਮਾਨ ਦੀ ਜੋ ਪੰਡ ਸੀ ਆਪਣੇ ਸਿਰ ਤੇ ਚੁੱਕ ਕੇ ਖੜਾ ਹੋ ਗਿਆ ਤੇ ਥੱਲੇ ਨਾ ਰੱਖੀ ਜਿੰਨੇ ਜਣੇ ਟ੍ਰੇਨ ਦੇ ਵਿੱਚ ਸੀ ਉਹ ਸਾਰੇ ਜਣੇ ਹੱਸਦੇ ਰਹੇ ਉਹਦੇ ਤੇ ਇੱਕ ਬੰਦੇ ਨੇ ਬੜਾ ਜ਼ਿਆਦਾ ਹੌਸਲਾ ਕਰਕੇ ਕਿਹਾ ਬਾਬਾ ਜੀ ਇਹ ਪੰਡ ਲਾ ਕੇ ਥੱਲੇ ਰੱਖ ਦਿਓ ਤੁਸੀਂ ਟ੍ਰੇਨ ਵਿੱਚ ਖੜੇ ਹੋਏ ਹੋ ਉਹ ਕਹਿਣ ਲੱਗਾ ਨਾ ਭਾਈ ਮੈਂ ਆਪਣੀ ਟਿਕਟ ਕਟਾਈ ਹੈ ਪੰਡ ਦੀ ਥੋੜਾ ਨਾ ਕਟਾਈ ਹੈ ਮੈਂ ਥੱਲੇ ਨਹੀਂ ਰੱਖਣੀ ਉਹ ਹੱਸ ਪਿਆ ਤੇ ਕਹਿਣ ਲੱਗਾ ਬਾਬਾ ਜੀ ਭਾਵੇਂ ਤੁਸੀਂ ਇਹ ਪੰਡ ਸਿਰ ਤੇ ਰੱਖੋ ਤੇ ਭਾਵੇਂ ਥੱਲੇ ਰੱਖ ਦਿਓ ਭਾਰ ਟ੍ਰੇਨ ਤੇ ਹੀ ਹੈ ਸਾਧੂ ਨੇ ਹੱਸਦਿਆਂ ਕਿਹਾ ਮੈਂ ਸੋਚਿਆ ਸੀ ਮੈਂ ਤਾਂ ਮੂਰਖਾਂ ਵਿੱਚ ਬੈਠਾ ਹਾਂ ਤਾਂ ਮੂਰਖ ਹੋ ਕੇ ਬੈਠਾ ਤੁਸੀਂ ਤਾਂ ਸਿਆਣੇ ਹੋ ਉਮਨੁ ਕਹਿੰਦਾ ਬਾਬਾ ਜੀ ਇਦਾਂ ਕਿਉਂ ਬੋਲ ਰਹੇ ਹੋ ਉਹ ਕਹਿੰਦਾ ਜੇ ਤੈਨੂੰ ਪਤਾ ਹੈ ਕਿ ਪੰਡ ਦਾ ਭਾਰ ਟ੍ਰੇਨ ਤੇ ਹੀ ਹੈ ਤਾਂ ਫਿਰ ਦੱਸ ਤੂੰ ਦੂਜਿਆਂ ਦੇ ਓਗਣਾਂ ਦਾ ਭਾਰ ਕਿਉਂ ਚੁੱਕੀ ਫਿਰਦਾ ਹੈ ਇਸ ਦਾ ਭਾਰ ਰੱਬ ਤੇ ਰਹਿਣ ਦੇ ਜਿਹਦਾ ਭਾਰ ਹੈ ਨਾ ਉਹਦੇ ਕੋਲ ਰਹਿਣ ਦੇ ਤੂੰ ਕਿਉਂ ਚੁੱਕੀ ਫਿਰਦਾ ਹੈ ਉਹ ਵੀ ਸੁੱਟ ਦਿਓ ਜੋ ਆਪਣੇ ਸਿਰ ਤੇ ਚੁੱਕ ਕੇ ਬੈਠੇ ਹੋ ਕਿਉਂ ਨਾ ਆਪਾਂ ਵੀ ਅੱਜ ਤੋਂ ਇਹ ਪ੍ਰਣ ਕਰੀਏ ਕਿ ਦੂਜੇ ਦਾ ਓਗਣ ਦੇਖ ਆਪਾਂ ਨਫ਼ਰਤ ਨਹੀਂ ਕਰਾਂਗੇ ਨਿੰਦਿਆ ਨਹੀਂ ਕਰਾਂਗੇ ਬਸ ਉਸ ਵਾਸਤੇ ਮੂਲ ਮੰਤਰ ਦਾ ਜਾਪ ਕਰਾਂਗੇ ਕਿ ਵਾਇਗਰੂ ਇਸ ਨੂੰ ਗੁਣ ਬਖਸ਼ੋ ਇਹ ਹੁਕਮਤਾ ਕੀ ਹੈ ਜੋ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਆਂ ਬੁਰੇ ਦਾ ਭਲਾ ਕਰ ਜੇ ਤੂੰ ਐਵੇਂ ਦਾ ਕੰਮ ਕਰੇਂਗਾ ਤੇਰੇ ਸਰੀਰ ਨੂੰ ਨਾ ਕੋਈ ਰੋਗ ਨਹੀਂ ਲੱਗੇਗਾ ਤੂੰ ਨਿਰੋਗ ਰਹੇਂਗਾ ਫਿਰ ਕਿਉਂ ਨਾ ਕਰੀਏ ਕਿ ਆਪਾਂ ਵੀ ਨਿਰੋਗ ਰਹੀਏ ਸੱਸ ਨੂੰ ਨੋਂ ਦਾ ਓਗਣ ਦਿਖਦਾ ਤੇ ਨੋਂ ਨੂੰ ਸੱਸ ਦਾ ਦੇਖਦਾ ਜੇ ਇੱਕ ਛੋਟਾ ਜਿਹਾ ਆਪਾਂ ਦੇਖ ਲਈਏ ਜੇ ਪ੍ਰੇਮ ਨਾਲ ਇੱਕ ਦੂਜੇ ਨੂੰ ਸਮਝਾ ਸਕਦੇ ਹੋ ਤਾਂ ਸਮਝਾਓ ਨੀ ਤਰ ਅਰਦਾਸ ਕਰੋ ਵਾਹਿਗੁਰੂ ਇਹਨੂੰ ਗੁਣ ਬਖਸ਼ੋ ਜੇ ਐਵੇਂ ਕਰੋਗੇ ਤੁਹਾਡੇ ਘਰਾਂ ਵਿੱਚ ਕਦੀ ਵੀ ਕੋਈ ਕਲੇਸ਼ ਨਹੀਂ ਹੋਏਗਾ ਵੱਡੇ ਤੋਂ ਵੱਡਾ ਕਲੇਸ਼ ਝਗੜਾ ਵੀ ਮਿਟ ਜਾਏਗਾ ਆਓ ਇਹ ਪ੍ਰਣ ਕਰੀਏ ਕਿ ਉਹ ਗਣ ਨਹੀਂ ਕਿਸੇ ਦੇ ਉਜਾਗਰ ਕਰਨੇ ਪ੍ਰੇਮ ਉਜਾਗਰ ਕਰਨੇ ਤੇ ਵਾਹਿਗੁਰੂ ਦੇ ਲੜ ਲੱਗਣੇ ਫਿਰ ਆਪੇ ਹੀ ਤੁਹਾਡੇ ਘਰ ਖੁਸ਼ੀਆਂ ਹੀ ਖੁਸ਼ੀਆਂ ਰਹਿਣਗੀਆਂ